हाँ जी दोस्तों, साडे चैनल यूट्यूब चैनल लाइफ गेम्स जिंदगी दीआं खेडां ते तुहाडा स्वागत है। तुहानूं पता हैगा वी 3600 फोर्ड मैं तैयार कराया सी पिछे जे, ते उस मैं जदों स्टेटस पाए फेसबुक ते व्हाट्सएप ते, तां उत्थे साडे वड्डे भरा कुलविंदर ने देखिया साडा, उहनूं ट्रैक्टर इन्ना पसंद आया ते उहनां ने कहा वी मैनूं वी तैयार करा के दो सेम इहदे नाल दा ट्रैक्टर। ते अज उहनां लई ट्रैक्टर पुराणा देखिया कोई, उह ट्रैक्टर लैण चल्लेंगे, ਉਹ ਟਰੈਕਟਰ ਨੂੰ ਤਿਆਰ ਕਰਾਵਾਂਗੇ, ਉਹਨੂੰ ਲੈ ਕੇ ਆਵਾਂਗੇ। ਹੁਣ ਤੁਹਾਨੂੰ ਦਿਖਾਵਾਂਗੇ ਵੀ ਟਰੈਕਟਰ ਦੀ ਕੰਡੀਸ਼ਨ ਪਹਿਲਾਂ ਕਿਹੋ ਜਿਹੀ ਹੈਗੀ। 94 ਮਾਡਲ ਦੇਖਿਆ ਹੈਗਾ, ਉਹਨੂੰ ਲੈਣ ਜਾ ਰਹੇ ਹਾਂਗੇ ਤੇ ਉਹਨੂੰ ਲੈ ਕੇ ਆ ਕੇ ਉਹਨੂੰ ਫਿਰ ਰਿਪੇਅਰ ਕਰਾਵਾਂਗੇ। ਉਹਦੇ ਨਾਲ ਕੀ ਕੀ ਕਰਦੇ ਹਾਂਗੇ, ਕੀ ਕੀ ਐਕਸਪੈਰੀਮੈਂਟ ਕਰਦੇ ਹਾਂ, ਕਿਵੇਂ ਉਹਦੀ ਟੈਸਟਿੰਗ ਕਰਦੇ ਹਾਂਗੇ, ਕਿਵੇਂ ਉਹਨੂੰ ਪੇਂਟ ਕਰਾਉਣੇ, ਕਿਵੇਂ ਉਹਦੀ ਰਿਪੇਅਰ ਕਰਾਉਣੇ ਹਾਂਗੇ, ਉਹ ਸਾਰਾ ਸਮੇਂ ਸਮੇਂ ਤੇ ਤੁਹਾਨੂੰ ਦੱਸੀ ਜਾਵਾਂਗੇ। ਆਪਣੇ ਚੈਨਲ ਤੇ ਅਸੀਂ ਵੀਡੀਓਜ਼ ਪਾਉਂਦੇ ਰਹਾਂਗੇ ਤੇ ਅੱਜ ਲੈਣ ਚੱਲੇ ਹਾਂ ਤੇ ਦੇਖਦੇ ਹਾਂ ਕਿ ਕਿਹੋ ਜਿਹਾ ਟਰੈਕਟਰ ਹੈ, ਕਿਸ ਕੰਡੀਸ਼ਨ ਚ ਪਏਗਾ। ਅੱਜ ਤੋਂ 24 ਸਾਲ ਪੁਰਾਣਾ ਟਰੈਕਟਰ ਹੈਗਾ ਤੇ ਉਹਨੂੰ ਆਪਾਂ ਨਵਾਂ ਬਣਾਵਾਂਗੇ ਫੋਰਡ 3600 ਤੇ ਦੇਖਦੇ ਹਾਂ ਕਿਸ ਕੰਡੀਸ਼ਨ ਚ ਪਿਆ ਟਰੈਕਟਰ। ਹਾਂਜੀ, ਇਹ ਹੈ ਫੋਰਡ 94 ਮਾਡਲ ਤੇ ਅਸੀਂ ਪਹੁੰਚ ਚੁੱਕੇ ਹਾਂ ਫੋਰਡ ਨੂੰ ਦੇਖਣ। ਉਰੇ ਸੰਗਰੂਰ ਲੈ ਕੇ ਜਾਵਾਂਗੇ ਫੋਰਡ ਨੂੰ ਤੇ ਕੁਲਵਿੰਦਰ ਵੀਰ ਦਾ ਇਹ ਫੋਰਡ ਤਿਆਰ ਹੋਊਗਾ। ਹਾਲਾਤ ਤੁਸੀਂ ਦੇਖ ਸਕਦੇ ਹੋ ਇਹਦੇ ਕਿਹੋ ਜਿਹੇ ਨੇਗੇ ਇਸ ਟਾਈਮ ਹਾਲਾਤ। ਇਹਦਾ ਪਹਿਲਾਂ ਬੋਰਨਟ ਚੱਕਿਓ ਜੀ, ਗਿੰਨੀ ਚੱਕੀ। ਇਹ ਬੈਟਰੀ ਹੁਣ ਤਾਂ ਚਲੋ ਬਾਹਰ ਆ ਗਈ, ਜਦੋਂ ਪਹਿਲਾਂ ਇਹ ਮਾਡਲ ਨਵੇਂ ਆਏ ਸੀਗੇ, 94 ਮਾਡਲ ਹੈ ਤਾਂ ਬੈਟਰੀ ਉਰੇ ਧਰੀ ਜਾਂਦੀ ਸੀ, ਇੰਜਣ ਦੇ ਉੱਤੇ ਬੈਟਰੀ ਧਰੀ ਜਾਂਦੀ ਸੀ। ਇਹ ਗੱਲ ਚੁੱਕਿਆ ਹੋਊਗਾ ਇਸ ਲਈ ਵੀਰ ਨੇ ਨੀਚੇ ਲਵਾਇਆ ਹੋਇਆ। ਹੁਣ ਵੀ ਆਪਾਂ ਨਵੇਂ ਮਾਡਲ ਵਾਂਗੂ ਬੈਟਰੀ ਕਵਰ ਨੀਚੇ ਹੀ ਲਗਵਾਵਾਂਗੇ ਬੈਟਰੀ ਵਾਲਾ। ਅਤੇ ਇਹ ਰੇਡੀਏਟਰ ਦਾ ਹਾਲ ਦੇਖ ਲਓ, ਵਾਟਰ ਬੋਡੀ ਲੀਕ ਹੈ, ਪਾਣੀ ਲੀਕ ਹੋ ਰਿਹਾ ਹੈਗਾ ਪੂਰੀ। ਹਾਲਾਤ ਸਾਰੇ ਤੁਸੀਂ ਦੇਖ ਸਕਦੇ ਹੋ ਇਹਦੇ। ਇਹਨੂੰ ਪਾਵਰ ਸਟੇਅਰਿੰਗ ਕਰਨਾ ਹੈਗਾ, ਪਾਵਰ ਸਟੇਅਰਿੰਗ ਵਾਸਤੇ ਆਹ ਹਿੱਸਾ ਸਾਰਾ ਬਦਲਿਆ ਜਾਊਗਾ। ਇਹਦਾ ਮੂਹਰਲੇ ਟਾਇਰਾਂ ਦਾ ਵੀ ਸਪੈਸ਼ਲ ਡਿਮਾਂਡ ਆਈ ਹੈ ਵੀ ਇਹਦੇ ਅਲਾਈ ਵੀਲ ਪਾਏ ਜਾਣ ਅਤੇ ਇਹਦੇ ਅਲਾਈ ਵੀਲ ਪਾਵਾਂ। ਬੈਟਰੀ ਵੀ ਛੋਟੀ ਲੱਗ ਰਹੀ ਹੈਗੀ, ਬਾਕੀ ਸਾਰਾ ਓਰਿਜਨਲ 94 ਮਾਡਲ। ਤੁਸੀਂ ਸੋਚ ਸਕਦੇ ਹੋ ਵੀ 24 ਸਾਲ ਪੁਰਾਣਾ ਟਰੈਕਟਰ ਹੈਗਾ, ਇਹ ਹਾਲਾਤ ਤਾਂ ਹੋਣੇ ਹੀ ਨੇਗੇ। ਹਾਲੇ ਵੀ ਇਹਨੂੰ ਵਰਤ ਹੀ ਰਹੇ ਸੀ, ਚਲਾ ਰਹੇ ਸੀ, ਕੱਦੂ ਕਰ ਰਹੇ ਸੀ ਇਹਦੇ ਨਾਲ ਅਤੇ ਮਗਰਾੜ ਦੋਨੇ ਨਵੇਂ ਪੈਣਗੇ। ਲਾਈਟਾਂ ਸਾਰੀਆਂ ਕੰਪਲੀਟ ਨਵੀਆਂ, ਪਿਛਲੀਆਂ ਹੁੱਕਾਂ ਸਾਰੀਆਂ ਅਤੇ ਸਾਰਾ ਜਿਹੜਾ ਹਿੱਸੇ ਨੇ ਸੀਟਾਂ ਸਾਰੀਆਂ, ਸਾਰਾ ਕੁਝ ਨਵਾਂ ਪਊਗਾ। ਲਿਫਟ ਵਾਲਾ ਸਿਸਟਮ ਸਾਰਾ ਨਵਾਂ ਪਊਗਾ ਅਤੇ ਇਹਦੇ ਬ੍ਰੇਕ ਵੀ ਇਹਦੇ ਡਿਸਕਾਂ ਹੀ ਪਾਵਾਂਗੇ। ਆਹ ਵੀ ਨਾਲ ਦੇ ਤੁਸੀਂ ਦੇਖ ਸਕਦੇ, ਜਿਹੜੇ ਪਹਿਲਾਂ ਮਾਡਲ ਦੇ ਆਉਂਦੇ ਸੀਗੇ ਫੋਰਡ ਦੇ ਉਹੀ ਨੇਗੇ। ਬਸ ਹਾਲਾਤ ਤੁਹਾਡੇ ਸਾਹਮਣੇ ਨੇ ਤੇ ਇਹਨੂੰ ਬਣਾ ਦਾਂਗੇ ਹੁਣ ਇਹਨੂੰ ਵਧੀਆ। ਅਲਟੀਨੇਟਰ ਵੀ ਨਵਾਂ ਹੀ ਪੈਣਾ ਹੈਗਾ, ਆਹ ਲੀਕੇਜ ਹੈਗੀ ਹੈਗੀ ਇਹਦੀ, ਇਹ ਸਾਰੀਆਂ ਲੀਕੇਜ ਆਪਾਂ ਇਹਨੂੰ ਟੈਸਟ ਕਰਕੇ ਚੰਗੀ ਤਰ੍ਹਾਂ ਚਲਾ ਕੇ ਫਿਰ ਹੀ ਇਹਨੂੰ ਸਾਰੇ ਨੂੰ ਤਿਆਰ ਕਰਨਾ ਹੈਗਾ। ਪਹਿਲਾਂ ਇੰਜਣ ਦਾ ਕੰਮ ਹੋਊਗਾ, ਉਸ ਤੋਂ ਬਾਅਦ ਟਰੈਕਟਰ ਦਾ ਪੇਂਟ ਦਾ ਕੰਮ ਹੋਊਗਾ, ਉਸ ਤੋਂ ਬਾਅਦ ਹੀ ਇਹਦੀ ਫਿਰ ਸ਼ੋ ਜੋ ਵੀ ਇਹਦੀ ਛਤਰੀ ਲੱਗਣੀ ਹੈ ਉਹ ਵਾਲੇ ਕੰਮ ਹੋਣਗੇ। ਅਤੇ ਹੁਣ ਇਹਨੂੰ ਇੱਕ ਵਾਰ ਪਹਿਲੀ ਵਾਰ ਅਸੀਂ ਸਟਾਰਟ ਕਰਕੇ ਦੇਖਾਂਗੇ। ਰੇਡੀਏਟਰ 'ਚ ਪਾਣੀ ਪਾ ਲਓ ਜੀ, ਨਾਲੇ ਅਲੀ ਪਾਣੀ ਦੇਖੀ ਲੈ, ਮਾਰ ਸੈਲਫ ਮਾਰ ਕੇ ਦੇਖ। ਹਾਏ 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 ਹਾਏ, ਓਏ ਹੋਏ, ਜਮਾ ਓਕੇ ਹੈ, ਜਮਾ ਓਕੇ। ਗੱਡੀ ਪਰਾਂ ਕਰੀ ਆਪਣੀ, ਜਾਂਦਾ ਝੋਟਾ ਬਹੁਤ ਜਾਣਾ ਯਾਰ ਫੋਰਡ 'ਚ, ਹਾਲੇ ਤੱਕ ਉਈ ਨਹੀਂ, ਹਾਲੇ ਲੋਕ ਵੇਚਦੇ ਨਹੀਂ ਹੈਗੇ। ਜਿਨ੍ਹਾਂ ਕੋਲ ਇਹ ਚੀਜ਼ਾਂ ਹੈਗੀਆਂ ਨੇਗੀਆਂ, ਬੋਲਟ ਨੇ, ਗਹਿਣਾ ਹੈ, ਟੂਮਾਂ ਨੇ, ਇਹ ਟੂਮਾਂ
ਤੇ ਇਹ ਚੀਜ਼ਾਂ ਵਿਕਦੀਆਂ ਨਹੀਂ ਹੈਗੀਆਂ। ਜਿਹਦੇ ਕੋਲ ਰੱਖਿਆ ਹੋਇਆ ਪਿਆਰ ਨਾਲ ਵੇਚਣਾ ਬਹੁਤ ਔਖਾ ਹੈਗਾ। ਬਾਕੀ ਜਾਂਦਾ ਤੁਹਾਡੇ ਸਾਹਮਣੇ ਹੈਗਾ, ਦੇਖ ਲਓ 94 ਮਾਡਲ ਹੈ ਤੇ ਜਾਂਦਾ ਭੱਜਿਆ। ਚੱਲ ਕੱਢ ਲੈ। ਸਾਡੇ ਵਾਲੇ ਝੋਟੇ ਨੂੰ ਲੱਗਿਆ ਹੀ ਪਿਆਸ ਆਉਂਦੇ ਆਉਂਦੇ, ਤੇ ਇਹਨੂੰ ਇਹਦਾ ਕੋਲਡ ਡਰਿੰਕ, ਫੇਵਰੇਟ ਕੋਲਡ ਡਰਿੰਕ ਪਿਲਾਉਣ ਲਈ ਆਏ ਹੈਗੇ ਪੰਪ ਦੇ ਉੱਤੇ। 1000 ਦਾ ਪਾ ਦਿਓ ਜੀ। ਕਿਵੇਂ ਚੱਲਦਾ ਆਵਾਜ਼ ਵੂਜ? ਵਧੀਆ ਨਾ, ਇੰਜਣ ਸਹੀ ਹੈ, ਇੰਜਣ ਸਹੀ ਹੈਗਾ, ਭੱਜਦਾ ਭੁੱਜਦਾ ਪੂਰਾ ਹੈਗਾ ਨਾਲੇ। ਬਾਕੀ ਲੀਕੇਜ ਹੀ ਨੇਗੇ, ਜਿਵੇਂ ਆਹ ਦੇਖੋ ਵਾਟਰ ਬੋਡੀ ਟੁੱਟੀ ਹੋਈ ਹੈ, ਤੇਲ ਪਾਣੀ ਨਿਕਲ ਰਿਹਾ ਉਰੇ, ਤੇਲ ਵੀ ਨਿਕਲ ਰਿਹਾ ਕਈ ਥਾਵਾਂ ਤੋਂ ਕਾਲਾ ਤੇਲ। ਬਾ ਇਹਨੂੰ ਬਣਾ ਦਾਂਗੇ, ਇਹਦੀ ਗੱਲ ਬਣਾ ਦਾਂਗੇ ਹੁਣ ਤਾਂ। ਫਾਈਨਲੀ ਪਹੁੰਚ ਗਏ ਹਾਂਗੇ ਘਰ ਅੱਜ। ਇੱਥੇ ਅੱਜ ਸਾਡੇ ਦੂਸਰੇ 4600 ਨਾਲੇ ਇਹਦਾ ਮਿਲਾਪ ਹੋਊਗਾ, ਅਤੇ ਕੱਲ੍ਹ ਨੂੰ ਮਿਸਤਰੀ ਨੂੰ ਬੁਲਾਇਆ ਜਾਊਗਾ, ਅਤੇ ਮਿਸਤਰੀ ਨੂੰ ਬੁਲਾ ਕੇ ਇਹਦਾ ਸਾਰਾ ਚੈੱਕਅਪ ਹੋਊਗਾ, ਅਤੇ ਇਹਦੇ ਕੀ ਕੀ ਕੰਮ ਹੋਣੇ ਨੇਗੇ ਕੱਲ੍ਹ ਨੂੰ ਸਾਡੇ ਜਿਹੜੇ ਮਕੈਨਿਕ ਨੇਗੇ ਉਹ ਦੇਖਣਗੇ, ਉਸ ਤੋਂ ਬਾਅਦ ਇਹ ਤਿਆਰ ਹੋਊਗਾ। ਸਿੱਧਾ ਹੀ ਲਾ ਦੇ, ਸਿੱਧਾ ਸਿੱਧਾ ਨਾ ਨਾ ਸਿੱਧਾ ਲਾ ਦੇ ਬਸ ਉੱਧਰ। ਇਹਨੇ ਕੁਝ ਦਿਨਾਂ 'ਚ ਮਿਹਨਤ ਕਰਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਕਰਾਂਗੇ, ਸਮਾਰਾਂਗੇ, ਅਤੇ ਇਹ ਤੋਂ ਸੋਹਣਾ ਬਣ ਜਾਣਾ ਹੈਗਾ। ਲਓ ਜੀ, ਮਿਲ ਗਏ ਨੇ ਦੋਨੇ 4600 ਭਾਈ ਭਾਈ ਵਿਛੜੇ ਹੋਏ। ਆਹ ਵੱਡਾ ਭਾਈ ਹੈ, ਆਹ ਛੋਟਾ ਹੈਗਾ, ਇਹ 95 ਮਾਡਲ ਹੈ, ਇਹ 94 ਮਾਡਲ ਹੈ। ਫੋਰਡ ਘਰੇ ਪਹੁੰਚ ਚੁੱਕਿਆ ਹੈਗਾ, ਅਤੇ ਅੱਜ ਜਿਹੜਾ ਸਾਡਾ ਜਿਹੜਾ ਪਹਿਲਾਂ ਤਿਆਰ ਕੀਤਾ ਹੋਇਆ ਉਹ ਫੋਰਡ ਹੈਗਾ, ਅਤੇ ਇਹ ਫੋਰਡ ਵੀ ਅੱਜ ਪਹੁੰਚ ਚੁੱਕਿਆ, 94 ਮਾਡਲ ਹੈ, ਅਤੇ ਇਹ 95 ਮਾਡਲ ਹੈਗਾ। ਕੁਝ ਦਿਨਾਂ ਤੱਕ ਇਹ ਵਾਲਾ ਫੋਰਡ ਜਿਹੜਾ 94 ਮਾਡਲ ਹੈਗਾ ਇਹਦੇ ਨਾਲ ਉਹ ਸੋਹਣਾ ਬਣ ਜੂਗਾ, ਅਤੇ ਪੂਰੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ, ਸਾਰਾ ਕੁਝ ਤੁਹਾਡੇ ਸਾਹਮਣੇ ਸ਼ੋਅ ਕਰਾਂਗੇ ਕੀ ਕੀ ਕੰਮ ਕਰਾਏ, ਇਹਦੇ ਸਾਰੀਆਂ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦਿਖਾਵਾਂਗੇ। ਇਸ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ, ਪੇਜ ਨੂੰ ਇਹਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਇਹਦੇ ਕੰਮ ਕੱਲ੍ਹ ਨੂੰ ਮਕੈਨਿਕ ਸਾਰੇ ਦੇਖੂਗਾ ਕੀ ਕੁਛ ਹੋਣ ਵਾਲਾ। ਪਹਿਲਾਂ ਇੰਜਣ ਦਾ ਕੰਮ ਸਾਰਾ ਹੋਊਗਾ, ਉਸ ਤੋਂ ਬਾਅਦ ਇਹਦਾ ਟੈਸਟਿੰਗ ਹੋਊਗੀ ਸਾਰੀ ਚੰਗੀ ਤਰ੍ਹਾਂ ਖੇਤ 'ਚ ਬਹਾਈ ਕਰਕੇ, ਉਸ ਤੋਂ ਬਾਅਦ ਫਿਰ ਇਹਦਾ ਇਸ ਤਰੀਕੇ ਨਾਲ ਪੇਂਟ ਜੋਬ ਕਰਾਵਾਂਗੇ।